ਜਰ ਮੈਂ ਅੱਜ ਨਾ ਆਪਣੇ ਉਡਾਨ ਦੇ ਯਾਰ ਖੰਭ ਫੋਲ ਕੇ ਦੇਖਿਆ ਇਹਦੇ ਖੰਭਾਂ ਦੇ ਵਿੱਚ ਨਾ ਛੋਟੇ ਛੋਟੇ ਬਰੀਕ ਬਰੀਕ ਜਿਹੇ ਯਾਰ ਇੱਕ ਜੀ ਪੈ ਗਏ ਫਿਰ ਇਹਦੇ ਮੈਂ ਨੋਟਿਕ ਦਾ ਪਾਊਡਰ ਲਾਇਆ ਕਿਉਂਕਿ ਜਦੋਂ ਆਪਾਂ ਨੋਟਿਕ ਦਾ ਪਾਊਡਰ ਲਾਉਂਦੇ ਆ ਨਾ 10 15 ਮਿੰਟ ਬਾਅਦ ਫਿਰ ਜੀ ਉੱਪਰ ਆ ਜਾਂਦੇ ਆ ਔਰ ਬਾਈ ਲੈ ਜਾਂਦੇ ਆ ਯਾਰ ਹਾਂ ਉਡਾਨ ਬਈ ਤੇਰੇ ਜੀਜੂ ਲੈ ਗਏ ਯਾਰ ਉਡਾਨਾ ਨਾ ਬਾਰ ਬਾਰ ਯਾਰ ਆਪਦੇ ਖੰਭਾਂ ਦੇ ਵਿੱਚ ਖਾਜ ਕਰੀ ਜਾਵੇ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਐਵੇਂ ਤਾਂ ਕਦੇ ਉਡਾਨ ਨੇ ਖਾਜ ਕਰੀ ਫਿਰ ਦੇਖਿਆ ਬਾਈ ਇਹਦੇ ਜੀ ਵੈਸੇ ਹੁਣ ਤਾਂ ਤੇ ਹਲੇ ਯਾਰ ਪਾਊਡਰ ਲੱਗਿਆ ਹੋਇਆ ਫਿਰ ਪੁਸ਼ਕ ਟਾਈਮ ਤੱਕ ਇਹਦੇ ਜੋ ਖਾਂਬ ਨੇ ਫਿਰ ਮੈਂ ਫੋਲ ਕੇ ਦੇਖੂਗਾ ਅਸੀਂ ਦੇਖੋ ਯਾਰ ਕੀ ਕਰਦੀ ਆ ਪੈਰ ਨਾਲ ਆਪਦਾ ਇੱਥੋਂ ਸੀਮੈਂਟ ਲਾਉਂਦੀ ਆ ਔਰ ਬਾਈ ਸੀਮੈਂਟ ਲਾ ਕੇ ਯਾਰ ਖਾਂਦੀ ਆ ਸ਼ਾਇਦ ਮੈਨੂੰ ਲੱਗਦਾ ਇਹਨੂੰ ਕੋਈ ਨਾ ਕੋਈ ਕੈਲਸ਼ੀਅਮ ਦੀ ਘਾਟ ਹੋ ਗਈ ਹੋਣੀ ਆ ਡੇਸੀ ਤੈਨੂੰ ਕੈਲਸ਼ੀਅਮ ਲਿਆ ਕੇ ਤੂੰ ਕੱਲ ਨੂੰ ਠੀਕ ਆ ਆਜਾ ਤੈਨੂੰ ਉਡਾਨ ਨਾ ਮਲਾਵਾ ਅਜਾ ਆਪ ਤੇ ਦੋਸਤਾਂ ਦਾ ਮਿਲਣਾ ਬਈ ਆਜਾ 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 ਨਹੀਂ ਯਾਰ ਤੇ ਮੈਂ ਉਡਾਨ ਨੂੰ ਚੱਕਦਾ ਔਰ ਬਈ ਮੈਂ ਡੇਸੀ ਕੋ ਰੱਖਦਾ ਯਾਰ ਆਜਾ ਉਡਾਨ ਤੈਨੂੰ ਡੇਸੀ ਕੋ ਛੱਡਣਾ ਸਿਰਫ ਅਜਾ 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 ਹਾਂ ਆ ਜਾ ਵੀ ਆਲੇ ਦੇਸੀ ਤੇਰਾ ਦੋਸਤ ਮੇਲੇ ਨੂੰ ਇੱਕ ਵਾਰ ਮਿਲ ਲੈ ਮਿਲ ਲੈ ਉਡਾਨ ਮਿਲ ਲੈ ਬਈ ਉਡਾ ਨੂ ਰਿਆ ਆ ਜਾ ਯਾਰ ਉਰੇ ਉਰੇ ਆ ਰਿਆ ਦੇਸੀ ਕੋਲ ਚਲ ਦੇਸੀ ਕੋ ਦੇਸੀ ਕੋ ਇੱਕ ਮਿੰਟ ਯਾਰ ਮੈਂ ਇਹਨੂੰ ਫੜ ਕੇ ਮਿਲਾਉਣਾ ਆਲੇ ਦੇਸੀ ਮਿਲ ਲੈ ਆ ਲੈ ਤੇਰਾ ਦੋਸਤ ਐ ਹੈ ਅੱਛਾ ਤੇ ਹੁਣ ਆਪਾਂ ਉਡਾਨ ਨੂੰ ਕਰ ਦਿੰਨੇ ਆ ਪਿੰਜਰੇ ਦੇ ਵਿੱਚ ਬੰਦ ਔਰ ਬਈ ਐਵੇਂ ਯਾਰ ਤੁਸੀਂ ਸੂਰਜ ਦੇਖੋ ਯਾਰ ਅੱਜ ਤਾਂ ਨਾ ਆਬਦਾ ਬਾਈ ਪੂਰਾ 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 ਜੰਮਤ ਕਰ ਦਿਖਾ ਰਿਹਾ ਅੱਜ ਜੋ ਧੁੱਪ ਆ ਯਾਰ ਕਾਫੀ ਜ਼ਿਆਦਾ ਤੇਜ ਆ ਤੇ ਜੋ ਬਾਈ ਆਪਾਂ ਪਿੰਜਰੇ ਦੇ ਵਿੱਚ ਕਬੂਤਰਾਂ ਦੇ ਬੱਚੇ ਕਰਦੇ ਹੁੰਨੇ ਆ ਨਾ ਤੇ ਉਹਨਾਂ ਦੇ ਨਾਲ ਯਾਰ ਅੱਜ ਵੱਡੇ ਲੱਕੇ ਕਬੂਤਰ ਵੀ ਨੇ ਫਿਰ ਮੈਂ ਕਿਹਾ ਯਾਰ ਇਹਨਾਂ ਨੂੰ ਵੀ ਧੁੱਪ ਲੱਗ ਜੂਗੀ ਤੇ ਹੁਣ ਆਪਾਂ ਚੱਲਦੇ ਆ ਉਹਨਾਂ ਨੂੰ ਬਾਈ ਉਹਨਾਂ ਦੇ ਘਰ ਦੇ ਵਿੱਚ ਛੱਡਦੇ ਆ ਕਿਉਂਕਿ ਯਾਰ ਧੁੱਪ ਤੇਜ ਆ ਸੈਟਅਪ ਤੇ ਓਏ ਓਏ ਰੈਵਿਟਾਂ ਦਾ ਬੱਚਾ ਉੱਥੇ ਇੰਨੀ ਸਪੀਡ ਨਾਲ ਗਿਆ ਯਾਰ ਸੈਟਅਪ ਦੇ ਉੱਪਰ ਬਾਈ ਮੈਂ ਪਹੁੰਚ ਚੁੱਕਿਆ ਬਾਈ ਪੌੜੀ ਪੌੜੀ ਪੌ ਜਿਵੇਂ ਮਿਸਤਰੀ ਨੇ ਮੈਨੂੰ ਕਿਹਾ ਉਮੀ ਬਾਈ ਮੈਂ ਤੁਹਾਨੂੰ ਕਹਿੰਦਾ ਤੇ ਜਦੋਂ ਮੈਂ ਮਿਸਤਰੀ ਨੂੰ ਦੱਸਿਆ ਨਾ ਵੀ ਮੈਂ ਕਿਹਾ ਵੀ ਐਵੇਂ ਐਵੇਂ ਕਰਕੇ ਪਾਉਡੀ ਬਣਾਉਣੀ ਆ ਮਿਸਤਰੀ ਪਤਾ ਮੈਨੂੰ ਕੀ ਕਹਿੰਦਾ ਪਾਉਡੀ ਥੋਡੀ ਬਣ ਗਈ ਕੱਲ ਆਇਓ ਤੇ ਔਰ ਕਹਿੰਦਾ ਆਪਦੀ ਪਾਉਡੀ ਲੈ ਜਿਓ ਫਿਰ ਬਾਈ ਮੈਂ ਉਸ ਦਿਨ ਮਿਸਤਰੀ ਨੂੰ ਫੋਨ ਕਰਿਆ ਮਿਸਤਰੀ ਕਹਿੰਦਾ ਥੋੜੀ ਜੀ ਪੌੜੀ ਰਹਿ ਗਈ ਕੱਲ ਆਇਓ ਲੈ ਜਾਓ ਫਿਰ ਮੈਂ ਉਦੋਂ ਅਗਲੇ ਦਿਨ ਫੋਨ ਕਰਿਆ ਯਾਰ ਫਿਰ ਮਿਸਤਰੀ ਮੈਨੂੰ ਕਹਿੰਦਾ ਹੁਣ ਥੋੜੀ ਜੀ ਰਹਿ ਗਈ ਅਗਲੇ ਦਿਨ ਆਇਓ ਲੈ ਜਾਓ ਫਿਰ ਬਾਈ ਮੈਂ ਅੱਜ ਹੁਣ ਮਿਸਤਰੀ ਨੂੰ ਫੋਨ ਕਰਿਆ ਮੈਂ ਕਿਹਾ ਯਾਰ ਪੌੜੀ ਮੈਂ ਕਿਹਾ ਮੈਂ ਤਾਂ ਆਪਣੇ ਬਲੌਗ ਦੇ ਵਿੱਚ ਆਪਣੇ ਸਬਸਕ੍ਰਾਈਬਰਾਂ ਨੂੰ ਕਹਿ ਬੈਠਿਆ ਵੀ ਪੌੜੀ ਆਉਣੇ ਵਾਲੀ ਆ ਪੌੜੀ ਆਜੂਗੀ ਲੱਗ ਜੂਗੀ ਮੈਂ ਕਿਹਾ ਯਾਰ ਤੂੰ ਮੈਨੂੰ ਪੌੜੀ ਨਹੀਂ ਦੇ ਰਿਆ ਤੇ ਹੁਣ ਮੈਨੂੰ ਅੱਜ ਮਿਸਤਰੀ ਨੇ ਕਿਹਾ ਕਹਿੰਦਾ ਕੱਲ ਆਇਓ ਪੱਕੀ 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 ਵਾਲੀ ਹੈ ਨਾ ਮੇਰੀ ਦੁਕਾਨ ਤੋਂ ਲੈ ਜਿਓ ਤੇ ਹੁਣ ਆਪਾਂ ਕੱਲ ਨੂੰ ਜਾਵਾਂਗੇ ਔਰ ਬਾਈ ਜੋ ਇਹ ਪੌੜੀ ਹੈ ਨਾ ਵੱਡੀ ਪੌੜੀ ਹੈ ਤਾਂ ਛੋਟੀ ਆ ਯਾਰ ਤੇਰਾ ਡੰਡੇ ਵਾਲੀ ਪੌੜੀ ਹੈ ਨਾ ਜਰੂਰ ਲੈ ਕੇ ਆਵਾਂਗੇ ਉਹ ਦੇਖੋ ਅੱਜ ਕਿੰਨੇ 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 ਕਬੂਤਰ ਨੇ ਪਿੰਜਰੇ ਦੇ ਵਿੱਚ ਲੱਕੇ ਕਬੂਤਰਾਂ ਦੇ ਜੋ ਬੱਚੇ ਹਨ ਜੋ ਯਾਰ ਥੋੜੇ ਥੋੜੇ ਵੱਡੇ ਆ ਮੈਂ ਉਹਨਾਂ ਨੂੰ ਵੀ ਅੱਜ ਵਿੱਚ ਛੱਡ ਗਿਆ ਸੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਬੇ ਲੱਕੇ ਬੱਚੇ ਚਲੋ ਯਾਰ ਛੱਤ ਦੇ ਉੱਪਰ ਚੱਲਦੇ ਆਂ ਤੇ ਯਾਰ ਛੱਤ ਦੇ ਉੱਪਰ ਜਾਣ ਤੋਂ ਪਹਿਲਾਂ ਆਪਾਂ ਯਾਰ ਕਿਤੇ ਛੱਤ ਦੇ ਉੱਪਰ ਸੌਖੀ ਚਲੇ ਜਾਵਾਂਗੇ ਤੇ ਜੋ ਬਾਈ ਇਹ ਆਪਾਂ ਬੇਲਾਂ ਲਾਈਆਂ ਸੀ ਨਾ ਤੇ ਯਾਰ ਮੈਂ ਤੁਹਾਨੂੰ ਵੀ ਦੱਸ ਦਿੰਨਾ ਕਿਉਂਕਿ ਤੁਸੀਂ ਵੀ ਜੇ ਅੱਗੇ ਤੋਂ ਬੇਲਾਂ ਲਾਉਣੀਆਂ ਹੋਈਆਂ ਨਾ ਤਾਂ ਬਾਈ ਇਹ ਗੱਲ ਮੇਰੀ ਆਪਣੇ ਦਿਮਾਗ ਦੇ ਵਿੱਚ ਰੱਖ ਲਿਓ ਇਹ ਬਾਈ ਐਵੇਂ ਨਹੀਂ ਲੱਗਦੀਆਂ ਹੁੰਦੀਆਂ ਇਹ ਜਿਵੇਂ ਆਪਾਂ ਗੰਨਾ ਨਹੀਂ ਲਾਉਂਦੇ ਹੁੰਦੇ ਤੇ ਪਹਿਲਾਂ ਬਾਈ ਉੱਥੋਂ ਮਿੱਟੀ ਸਾਈਡ ਤੇ ਕਰਦੇ ਹੁੰਨੇ ਆ ਤੇ ਫਿਰ ਵਿੱਚੋਂ ਦੇ ਜੋ ਗੰਨਾ ਨਾ ਪਾਉਨੇ ਹੁੰਨੇ ਆ ਫਿਰ ਉਸ ਤੋਂ ਬਾਅਦ ਉੱਪਰ ਮਿੱਟੀ ਪਾਉਨੇ ਹੁੰਨੇ ਆ ਇਹ ਬੇਲਾਂ ਬਾਈ ਐਵੇਂ ਲੱਗਦੀਆਂ ਨੇ ਤੁਹਾਨੂੰ ਮੈਂ ਦਿਖਾ ਦਿੰਨਾ ਇਹ ਵਾਲੀ ਬੇਲ ਯਾਰ ਏ ਵੀ ਬੇਲ ਆਪਣੀ ਗਲਤ ਲਾਈ ਹੋਈ ਆ ਇਹ ਐਵੇਂ ਨਹੀਂ ਸੀ ਲੱਗਣੀ ਮੈਂ ਤੁਹਾਨੂੰ ਇਹ ਦੱਸਾਂ ਯਾਰ ਕਿ ਮੈਂ ਇੱਕ ਮਿੰਟ ਜਿਵੇਂ ਆ ਦੇਖੋ ਇੱਕ ਮਿੰਟ ਇਹ ਤਾਂ ਕਿਉਂਕਿ ਆ ਦੇਖੋ ਇੱਕ ਮਿੰਟ ਉਹ ਟੁੱਟ ਜਾ ਯਾਰ ਹਾਂ ਆ ਦੇਖੋ ਇਹ ਬੇਲ ਤੇ ਇੱਥੋਂ ਐਵੇਂ ਹੈ ਨਾ ਮਿੱਟੀ ਸਾਈਡ ਤੇ ਕਰੀ ਐਵੇਂ ਤੇ ਇਹਨੂੰ ਐਵੇਂ ਵਿੱਚ ਦਿੱਤਾ ਤੇ ਔਰ ਉਸ ਤੋਂ ਬਾਅਦ ਉੱਪਰ ਐਵੇਂ ਮਿੱਟੀ ਪਾਈ ਹੁਣ ਸਮਝ ਗਏ ਹੁਣ ਤਾਂ ਯਾਰ ਮੈਂ ਤੁਹਾਨੂੰ ਪੂਰਾ ਡੈਮੋ ਕਰਕੇ ਦਿਖਾਇਆ ਯਾਰ ਇੱਕ ਮਿੰਟ ਵੀ ਆ ਗਿਆ ਆ ਗਿਆ ਹੁਣ ਤੁਸੀਂ ਦੇਖੋ ਯਾਰ ਸੂਰਜ ਦੇ ਅੱਗੇ ਬੱਦਲਾ ਚੁੱਕਿਆ ਵੀ ਤੇਜ਼ ਧੁੱਪ ਦੇ ਨਾਲ ਇਹਨਾਂ ਨੂੰ ਕੋਈ ਮਸਲਾ ਨਾ ਹੋ ਜਾਏ हां भी खुश हूं आज तो थोनू बहुत बढ़िया बढ़िया ਧੁੱਪ ਲੱਗੀ ਆ ਦੇਖਣ ਨੂੰ ਤਾਂ ਐਵੇਂ ਲੱਗਦਾ ਯਾਰ ਸਾਰੇ ਹਨਾ ਲੱਕੇ ਕਬੂਤਰ ਖੁਸ਼ ਨੇ ਯਾਰ ਮੈਂ ਕੁਝ ਇਹ ਸੋਚ ਰਿਹਾ ਇੱਕ ਮਿੰਟ ਯਾਰ ਪਹਿਲਾਂ ਮੈਂ ਇਹਨਾਂ ਨੂੰ ਵਿੱਚ ਛੱਡਦਾ ਇਹਨਾਂ ਦੇ ਘਰ ਦੇ ਵਿੱਚ ਫਿਰ ਉਸ ਤੋਂ ਬਾਅਦ ਦੱਸਦਾ ਕੀ ਸੋਚ ਰਿਹਾ ਯਾਰ ਮੈਂ ਇੰਨਾ ਕੁ ਸੋਚਦਾ ਨਾ ਬਹੁਤ ਜ਼ਿਆਦਾ ਤੋਂ ਯਾਰ ਇਕੱਲੇ ਇਕੱਲੇ ਨੂੰ ਜਾਂ ਦੋ ਦੋ ਨੂੰ ਫੜਨਾ ਪੈਣਾ ਓਏ ਤੇਰੇ ਤੇ ਅਟੈਕ ਕਰਦੇ ਆ ਇਹ ਨਾ ਵੀ ਅਟੈਕ ਨਾ ਕਰੋ ਯਾਰ ਸਾਰੇ ਰਲ ਮਿਲ ਕੇ ਰਹੋ ਬਈ ਇਕੱਲਾ ਇਕੱਲਾ ਬੱਚਾ ਐਵੇਂ ਮੈਂ ਫੜਦਾ ਤੇ ਔਰ ਬਈ ਐਵੇਂ ਛੱਡਦਾ ਯਾਰ ਤੇ ਇਹ ਆ ਬਈ ਦੂਜਾ ਹਾਂ ਮੈਂ ਸੋਚਦਾ ਕਿ ਹਾਂ ਨਾ ਇਹ ਵੀ ਹਲੇ ਬਈ ਮੈਂ ਤੁਹਾਨੂੰ ਦੱਸਣਾ ਯਾਰ ਆ ਜਾ ਬਈ ਤੇ ਜੋ ਇਹ ਕਬੂਤਰੀ ਹੈ ਨਾ ਹੈ ਤਾਂ ਯਾਰ ਬੱਚਾ ਨਾ ਤੇ ਪਹਿਲਾਂ ਦੇਖਣ ਨੂੰ ਇਹਦੀ ਜੋ ਸਿਹਤ ਸੀ ਕਾਫੀ ਕਮਜ਼ੋਰ ਸੀ ਫਿਰ ਜਦੋਂ ਦਾ ਇਹਨੂੰ ਆਪਾਂ ਸੈਰਾਲਿਕ ਦੇਣ ਲੱਗੇ ਨਾ ਤੇ ਮੈਂ ਤੁਹਾਨੂੰ ਇੱਥੇ ਛੱਡ ਕੇ ਦਿਖਾਉਣਾ ਆ ਦੇਖੋ ਯਾਰ ਹੁਣ ਤਾਂ ਇਹਦੀ ਵੀ ਸਿਹਤ ਨਾ ਸੈਰਾਲਿਕ ਨਾਲ ਯਾਰ ਪੂਰੀ ਇੱਕ ਨੰਬਰ ਹੋ ਗਈ ਆ ਜਾ ਬਈ ਹੁਣ ਤਾਂ ਵੱਡੀ ਵੱਡੀ ਹੋ ਗਈ ਆ ਲਿਆ ਤਿੰਨ ਛੱਡ ਚੁੱਕੇ ਹਾਂ ਕਿੰਨੇ ਰਹਿ ਗਏ ਤਿੰਨ ਤੇ ਦੋ ਪੰਜ ਔਰ ਬਈ ਦੋ ਸੱਤ ਇੱਕ ਮਿੰਟ ਯਾਰ ਇਹਨਾਂ ਨੂੰ ਵੀ ਹੁਣ ਮੈਂ ਐਵੇਂ ਛੱਡਦਾ ਵੇਖਿਆ ਯਾਰ ਅੰਦਰ ਛੱਡਣ ਤੋਂ ਪਹਿਲਾਂ ਨਾ ਸਰਾਜੀ ਕਬੂਤਰਾਂ ਦੇ ਜੋ ਬਈ ਬੱਚੇ ਨੇ ਇਹ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਹੁਣ ਤਾਂ ਬਈ ਪੂਰੇ ਪੂਰੇ ਨਾ ਪ੍ਰੋਪਰ ਯਾਰ ਦੇਖੋ ਵੱਡੇ ਵੱਡੇ ਕਬੂਤਰ ਬਣ ਗਏ ਇਹ ਸ਼ਾਇਦ ਮੈਨੂੰ ਲੱਗਦਾ ਬਈ ਫੀਮੇਲ ਹੋਊਗੀ ਇਹ ਵਾਲੀ ਯਾਰ ਇੱਕ ਮਿੰਟ ਬਈ ਇਹ ਆਲ ਹੈ ਤੇ ਇਹ ਮੈਨੂੰ ਸ਼ਾਇਦ ਲੱਗਦਾ ਵੀ ਮੇਲੂਗਾ ਪਰ ਤੁਸੀਂ ਇਹ ਦੇਖੋ ਯਾਰ ਜੋ ਇਹਨਾਂ ਦੀ ਸਿਹਤ ਨਾ ਕਿੰਨੀ ਵਧੀਆ ਗ੍ਰੋਥ ਕਰ ਰਹੀ ਆ ਹੁਣ ਤਾਂ ਇਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਨਾ ਤੁਸੀਂ ਦੇਖਿਓ ਉੱਡਣ ਲੱਗ ਜਾਣਾ ਤੁਸੀਂ ਵੀ ਉੱਡ-ਉੱਡ ਲਿਆ ਕਰੋ ਬਈ ਭੱਜਿਆ ਨਾ ਕਰੋ ਹੁਣ ਉੱਡ ਵੀ ਲਿਆ ਕਰੋ ਤੁਸੀਂ ਵੱਡੇ ਹੋ ਗਏ ਹੁਣ ਮੈਂ ਤੁਹਾਨੂੰ ਦੱਸਦਾ ਵੀ ਮੈਂ ਕੀ ਸੋਚਦਾ ਯਾਰ 1 ਮਿੰਟ ਪਹਿਲਾਂ ਮੈਨੂੰ ਅੰਦਰ ਚੱਲ ਜਾਣ ਦੋ ਇਹ ਆ ਜਾ ਯਾਰ ਗੇਟ ਜੋ ਬਈ ਆਪਣੀ ਇਹ ਬਲੈਕ ਲੱਖੀ ਕਬੂਤਰੀ ਹੈ ਨਾ ਤੇ ਮੈਂ ਇਹ ਸੋਚਦਾ ਵੀ ਇਹਦਾ ਪੇਅਰ ਆਪਾਂ ਇਹ ਕਬੂਤਰ ਨਾਲ ਪਵਾ ਦਿੰਨੇ ਆ ਫਿਰ ਅੱਗੇ ਜੋ ਇਹਨਾਂ ਦੇ ਬੱਚੇ ਆਉਣਗੇ ਨਾ ਬਾਈ ਬਹੁਤ ਵਧੀਆ ਆਉਣਗੇ ਔਰ ਜੋ ਪੈਰਾਂ ਦੇ ਉੱਪਰ ਖੰਭ ਹੋਣਗੇ ਨਾ ਬਹੁਤ ਜ਼ਿਆਦਾ ਹੋਣਗੇ ਇਹਨਾਂ ਹਲੇ ਯਾਰ ਤਕਰੀਬਨ ਜੋ ਇਹਦੀ ਏਜ ਥੋੜੀ ਆ ਵੀ ਇਹ ਪਿਆਰ ਪਾਉਣ ਦੇ ਕਾਬਿਲ ਹੋਇਆ ਜਾਂ ਨਹੀਂ ਹੋਇਆ ਇਹ ਤੁਸੀਂ ਮੈਨੂੰ ਸਭ ਨੇ ਕਮੈਂਟਾਂ ਦੇ ਵਿੱਚ ਦੱਸਣਾ ਨਹੀਂ ਫਿਰ ਇਹਨਾਂ ਨੂੰ ਆਪਾਂ ਥੱਲੇ ਰੂਮ ਦੇ ਵਿੱਚ ਛੱਡ ਕੇ ਦੇਖ ਲਾਂਗੇ ਤੁਸੀਂ ਇਹ ਦੇਖੋ ਬਾਈ ਇਹਨਾਂ ਦਾ ਜੋ ਪਿਆਰ ਹੋਊਗਾ ਨਾ ਕਿੰਨਾ ਪਿਆਰਾ ਲੱਗੂਗਾ ਤੇ ਜੋ ਬਾਈ ਮੇਲ ਦਾ ਕਲਰ ਆ ਨਾ ਦੇਖੋ ਕਿੰਨਾ ਪਿਆਰਾ ਔਰ ਬਾਈ ਫੀਮੇਲ ਦਾ ਕਲਰ ਵੀ ਦੇਖੋ ਕਿੰਨਾ ਪਿਆਰਾ ਯਾਰ ਤੇ ਜੋ ਬਾਈ ਇਹ ਕਬੂਤਰੀ ਆਪਦੇ ਅੰਡੇ ਨੇ ਇਨਕੂਬੇਟ ਕਰ ਰਹੀ ਐ ਇੱਥੋਂ ਆਪਾਂ ਚੱਲਦੇ ਆਂ ਯਾਰ ਆਪਣੇ ਨਾਲ ਨਾ ਕਬੂਤਰੀ ਡਿਸਟਰ ਆਹ ਲਾ ਤੇ ਇੱਕ ਇਧਰ ਵੀ ਬਾਈ ਖੁਸ਼ਖਬਰੀ ਹੈ ਇਹ ਵੀ ਯਾਰ ਮੈਂ ਤੁਹਾਨੂੰ ਦੱਸ ਦੇਣਾ ਜਦੋਂ ਐਵੇਂ ਦੀ ਖੁਸ਼ਖਬਰੀ ਹੁੰਦੀ ਹੈ ਨਾ ਤੇ ਮੈਂ ਬਹੁਤ ਖੁਸ਼ ਹੁੰਨਾ ਮੈਨੂੰ ਉਮੀਦ ਹੈ ਯਾਰ ਤੁਸੀਂ ਵੀ ਬਹੁਤ ਜ਼ਿਆਦਾ ਖੁਸ਼ ਹੁੰਨੇ ਹੋ ਕਿਉਂਕਿ ਬਾਈ ਜਿੰਨਾ ਮੈਂ ਆਪਦੇ ਪਰਿੰਦਿਆਂ ਨੂੰ ਪਿਆਰ ਕਰਦਾ ਨਾ ਉਸ ਤੋਂ ਜ਼ਿਆਦਾ ਦੇਖਿਆ ਜਾਵੇ ਯਾਰ ਤੁਸੀਂ ਮੇਰੇ ਪਰਿੰਦਿਆਂ ਨੂੰ ਪਿਆਰ ਕਰਦੇ ਹੋ ਕਿਉਂਕਿ ਹਰ ਇੱਕ ਛੋਟੀ ਛੋਟੀ ਗੱਲ ਨਾ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਦੇ ਹੋ ਕਿਸੇ ਵੀ ਆਪਣੇ ਪਰਿੰਦੇ ਨੂੰ ਕੁਝ ਵੀ ਹੋ ਜਾਂਦਾ ਨਾ ਤੇ ਯਾਰ ਜਿੰਨੀ ਮੈਂ ਟੈਨਸ਼ਨ ਲੈਂਦਾ ਉਸ ਤੋਂ ਜ਼ਿਆਦਾ ਯਾਰ ਟੈਨਸ਼ਨ ਤੁਸੀਂ ਲੈਂਦੇ ਹੋ ਫਿਰ ਯਾਰ ਹੁਣ ਤੁਸੀਂ ਮੈਨੂੰ ਇੱਕ ਗੱਲ ਇਹ ਦੱਸੋ ਵੀ ਪਿੰਡੇ ਮੇਰੇ ਨੇ ਪਿਆਰ ਜਿਆਦਾ ਕੌਣ ਕਰਦਾ ਇਹ ਯਾਰ ਸਭ ਤੁਹਾਨੂੰ ਪਤਾ ਹੀ ਆ ਸੈਂਟੀਨੇਟੋ ਸੈਂਟੀਨੇਟੋ ਤੁਸੀਂ ਵੀ ਹੁਣ ਜਲਦੀ ਜਲਦੀ ਬੱਚੇ ਦੇ ਦਿਓ ਯਾਰ ਜੋ ਮੈਂ ਤੁਹਾਨੂੰ ਖੁਸ਼ੀ ਵਾਲੀ ਗੱਲ ਕਹਿੰਦਾ ਸੀ ਨਾ ਖੁਸ਼ੀ ਵਾਲੀ ਗੱਲ ਇਹ ਆ ਯਾਰ ਜੋ ਇਹ ਫੀਮੇਲ ਨਾ तकरीबन ਯਾਰ ਜੋ ਇਹ ਪੇਅਰ ਜਦੋਂ ਦਾ ਆਪਾਂ ਰੂਮ ਦੇ ਥੱਲੇ ਤੋਂ ਲੈ ਕੇ ਆਂਦਾ ਨਾ ਉਦੋਂ ਦਾ ਭਾਈ ਇਹ ਫੀਮੇਲ ਨੇ ਇੱਥੇ ਨਾ ਇੱਕ ਵੀ ਅੰਡਾ ਨਹੀਂ ਦਿੱਤਾ ਤੇ ਹੁਣ ਮੈਨੂੰ ਲੱਗਦਾ ਯਾਰ ਇਹ ਫੀਮੇਲ ਨਾ तकरीबन ਭਾਈ 2-3 ਦਿਨ ਦੇ ਵਿੱਚ ਵਿੱਚ ਆਂਡੇ ਦੇ ਦੂਗੀ ਔਰ ਇੱਕ ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਇਹ ਉਹੀ ਪੇਅਰ ਆ ਯਾਰ ਜੋ ਆਪਾਂ ਪਿੱਛੇ ਜੇ ਨਾ ਦੋ ਕਬੂਤਰ ੜਾਉਂਦੇ ਹੁੰਦੇ ਸੀ ਇਹ ਦੋਨੋਂ ਉਹੀ ਨੇ ਯਾਰ ਤੇ ਬਾਈ ਇਹਨਾਂ ਦੇ ਵਿੱਚ ਮੇਲ ਵੀ ਬਹੁਤ ਉੱਡਣਾ ਔਰ ਬਾਈ ਫੀਮੇਲ ਵੀ ਬਹੁਤ ਉੱਡਦੀ ਆ ਤੇ ਫਿਰ ਜੋ ਇਹਨਾਂ ਦੇ ਬਾਈ ਅੱਗੇ ਬੱਚੇ ਹੋਣਗੇ ਨਾ ਉਹ ਵੀ ਉਹ ਵੀ ਬਹੁਤ ਬਹੁਤ ਜ਼ਿਆਦਾ ਉੱਡਣਗੇ ਇਹ ਫੀਮੇਲ ਨੂੰ ਬਾਈ ਮੈਂ ਕੋਈ ਵੀ ਮੈਡੀਸਨ ਨਹੀਂ ਦਿੱਤੀ ਕੋਈ ਵੀ ਯਾਰ ਇਹ ਫੀਮੇਲ ਬਸ ਆਪਦੇ ਆਪ ਨਾਲ ਆਈ ਤੇ ਹੁਣ ਆਂਡੇ ਦੇਣ ਲੱਗਣਾ ਨੇ ਤੇ ਇਹ ਚਲੋ ਖੁਸ਼ੀ ਵਾਲੀ ਗੱਲ ਆ ਵੀ ਇਹ ਫੀਮੇਲ ਦੇ ਵੀ ਆਪਾਂ ਨੂੰ ਆਂਡੇ ਦੁਬਾਰਾ ਔਰ ਇਹਦੇ ਵੀ ਆਪਾਂ ਬੱਚੇ ਦੇਖ ਸਕਦੇ ਆ ਯਾਰ ਜੇ ਆਪਾਂ ਸਾਰੇ ਕਬੂਤਰ ਤਾਂ ਬਾਹਰ ਕੱਢਣੇ ਆ ਨਾ ਨਾਲ ਦੀ ਨਾਲ ਯਾਰ ਜੋ ਇਹ ਬੱਚੇ ਆ ਨਾ ਇਹਨਾਂ ਨੂੰ ਵੀ ਅੱਜ ਆਪਾਂ ਬਾਹਰ ਕੱਢਾਂਗੇ ਕੱਲ ਵੀ ਆਪਾਂ ਇਹਨਾਂ ਨੂੰ ਬਾਹਰ ਕੱਢਣਾ ਭੁੱਲ ਗਏ ਸੀ ਠੀਕ ਆ ਵੀ ਤੁਹਾਨੂੰ ਵੀ ਅੱਜ ਮੈਂ ਛੋਟੇ ਛੋਟੇ ਨੂੰ ਬਾਹਰ ਕੱਢੂੰਗਾ ਵੀ 1000 ਬੱਚਾ ਔਰ ਇੱਕ ਕਿਥੇ ਨਹੀਂ ਨਹੀਂ ਹੈਗਾ ਹੈਗਾ ਸ਼ੁਕਰ ਆ ਯਾਰ ਮੈਂ ਡਰ ਗਿਆ ਸੀ ਆ ਬੈਠਾ ਦੇਖੋ ਲੈ ਲੁਕਿਆ ਬੈਠਾ ਤੇ ਹੁਣ ਆਪਾਂ ਇਹ ਵੀ ਗੇਟ ਗਾਰਡ ਬੰਦ ਕਰਦੇ ਹਾਂ ਹੁਣ ਬਾਈ ਮੈਂ ਛੱਤ ਤੋਂ ਥੱਲੇ ਆ ਗਿਆ ਤੇ ਹੁਣ ਆਪਾਂ ਚੱਲਦੇ ਆਂ ਇੱਧਰਲੇ ਪਰਿੰਦਿਆਂ ਕੋ ਸਾਰੇ ਇੱਧਰਲੇ ਪਰਿੰਦੇਓ ਕਿਵੇਂ ਹੋ ਬਾਈ ਹਲੇ ਥੋੜਾ ਦਾਣੇ ਦਾ ਟਾਈਮ ਨਹੀਂ ਹੋਇਆ ਯਾਰ ਮੈਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਤੁਹਾਨੂੰ ਭੁੱਖ ਲੱਗੀ ਹੋਈ ਆ ਮੈਂ ਤੁਹਾਨੂੰ ਆਪਦੇ ਆਪ ਦਾਣਾ ਪਾ ਦੇਣਾ ਠੀਕ ਆ ਸਿਰਫ ਤਕਰੀਬਨ ਵੱਦ ਤੋਂ ਵੱਧ 30 35 ਮਿੰਟ ਸਾਰੇ ਪਰਿੰਦੇ ਵੇਟ ਕਰ ਲੋ ਠੀਕ ਆ ਵੀ ਇੰਨੀ ਕਿਤਾ ਵੇਟ ਕਰ ਸਕਦੇ ਹੋ ਨਾ ਜਦੋਂ ਮੈਂ ਇੱਥੇ ਆਉਣਾ ਨਾ ਸਭ ਤੋਂ ਪਹਿਲਾਂ ਯਾਰ ਹੁਣ ਮੈਂ ਇਹਨੂੰ ਦੇਖਦਾ ਹੁਣ ਨਾ ਵੀ ਦਾ ਵਿਚਾਰੇ ਦਾ ਕੀ ਹਾਲ ਚਾਲ ਆ ਯਾਰ ਹਾਂ ਵੀ ਰਸ਼ੀਅਨ ਕਿਵੇਂ ਆ ਯਾਰ ਮੈਨੂੰ ਤੇਰੀ ਟੈਨਸ਼ਨ ਬਹੁਤ ਆ ਤੇ ਜੋ ਬਾਈ ਇਹਨੂੰ ਮੈਂ ਰੋਟੀ ਪਾਈ ਸੀ ਨਾ ਪਹਿਲਾਂ ਤਾਂ ਯਾਰ ਇਹਨੂੰ ਮੈਂ ਰੋਟੀ ਜਿਵੇਂ ਆਪਣੀ ਬਣੀ ਹੁੰਦੀ ਆ ਨਾ ਨਾਰਮਲ ਰੋਟੀ ਲੈ ਕੇ ਰੱਖ ਦਿੰਦਾ ਸੀ ਔਰ ਇਹ ਆਪਦੀ ਖਾ ਲੈਂਦਾ ਸੀ ਕਿਉਂਕਿ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਇਹਦੇ ਪੈਰ ਤਾਂ ਚੱਲਦੇ ਨਹੀਂ ਕਿਉਂਕਿ ਇਹ ਜੋ ਪਰਿੰਦੇ ਹੁੰਦੇ ਆ ਨਾ ਰੋਟੀ ਨੂੰ ਪੈਰ ਦੇ ਨਾਲ ਫੜਦੇ ਆ ਔਰ ਬਾਈ ਆਪਦੇ ਮੂੰਹ ਦੇ ਨਾਲ ਤੋੜਦੇ ਫੇਰ ਹੀ ਖਾਂਦੇ ਆ ਫਿਰ ਯਾਰ ਹੁਣ ਇਹਨੂੰ ਮੈਂ ਰੋਟੀ ਨਾਲ ਗਿੱਲੀ ਕਰਕੇ ਪਾਉਣ ਲੱਗ ਗਿਆ ਤੇ ਫਿਰ ਹਨਾ ਹੁਣ ਇਹ ਬਾਈ ਰਸ਼ੀਅਨ ਰੋਟੀ ਨੂੰ ਖੁਸ਼ੀ-ਖੁਸ਼ੀ ਖਾ ਲੈਂਦਾ ਹੁਣ ਮੈਂ ਇਹਨੂੰ ਰੋਟੀ ਪਾ ਕੇ ਗਿਆ ਸੀ ਮਾਰਨਿੰਗ ਟਾਈਮ ਦੇਖੋ ਇਹਦੇ ਬਰਤਨ ਦੇ ਵਿੱਚ ਰੋਟੀ ਬਿਲਕੁਲ ਵੀ ਨਹੀਂ ਹੈਗੀ ਤੇ ਇਹਦਾ ਹੁਣ ਆਪਾਂ ਬਰਤਨ ਬਾਹਰ ਹੀ ਕੱਢ ਦਨੇ ਤੇ ਇੱਥੇ ਯਾਰ ਮੈਂ ਦੋ ਲੱਕੜੀਆਂ ਲੈ ਕੇ ਆਇਆ ਹਾਂ ਕਾਰਨ ਲੱਕੜੀਆਂ ਲਿਆਉਣ ਦਾ ਪਤਾ ਕੀ ਆ ਜੋ ਬਾਈ ਰੈਬਿਟਾਂ ਦਾ ਹੋਲ ਯਾਰ ਇੱਧਰੋਂ ਆਈ ਜਾਂਦਾ ਫਿਰ ਇੱਥੇ ਦਾ ਯਾਰ ਜੇ ਰੈਬਿਟਾਂ ਦਾ ਹੋਲ ਮੰਨ ਲਓ ਤੁਸੀਂ ਇੱਥੇ ਤੱਕ ਆ ਗਿਆ ਨਾ ਫਿਰ ਇੱਥੇ ਬਾਈ ਆਪਾਂ ਨੂੰ ਤੁਰਨ ਫਿਰਨ ਲੱਗੇ ਦਿੱਕਤ ਹੋਊਗੀ ਇਹ ਲੱਕੜੀਆਂ ਮੈਂ ਲੈ ਕੇ ਆਇਆ ਇੱਕ ਲੱਕੜੀ ਐਵੇਂ ਲਾਵਾਂਗੇ ਇੱਕ ਲੱਕੜੀ ਬਾਈ ਐਵੇਂ ਲਾਵਾਂਗੇ ਐਵੇਂ ਯਾਰ ਮੇਰੇ ਕਹਿਣ ਦਾ ਮਤਲਬ ਐਵੇਂ ਨਾਲੇ ਤਾਂ ਜੇ ਮੀਂਹ ਆਊਗਾ ਨਾ ਪਾਣੀ ਦੇ ਅੰਦਰ ਜਾਊਗਾ ਤੇ ਇਹਦੇ ਆਲੇ-ਦਾਲੇ ਨਾਲ ਸੀਮਿੰਟ ਔਰ ਬਈ ਰੇਤਾ ਲਾ ਕੇ ਇਹਨੂੰ ਆਲੇ-ਦਾਲੇ ਤੋਂ ਬੰਦ ਕਰ ਦਾਂਗੇ ਤੇ ਨਾਲੇ ਤਾਂ ਇਹਨਾਂ ਦਾ ਹੋਲ ਵੀ ਪੱਕਾ ਹੋ ਜਾਊਗਾ ਔਰ ਬਈ ਨਾਲੇ ਹੋਲ ਅੱਗੇ ਨੂੰ ਨਹੀਂ ਆਊਗਾ ਯਾਰ ਔਰ ਦੇਖੋ ਯਾਰ ਰੈਵਿਡ ਫੀਮੇਲ ਦਾ ਬੱਚਾ ਨਾ ਕਿੱਡਾ ਵੱਡਾ ਹੋ ਗਿਆ ਹਰੇ ਵੀ ਸ਼ਾਇਦ ਮੈਨੂੰ ਲੱਗਦਾ ਆਪਦੀ ਮਾਂ ਦਾ ਨਾ ਦੁੱਧ ਪੀਣ ਦੀ ਕੋਸ਼ਿਸ਼ ਕਰ ਰਿਹਾ ਔਰ ਦੇਖੋ ਯਾਰ ਓਕੇ ਬਈ ਬਾਏ 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 ਯਾਰ ਉਡਾਨ ਦਾ ਪਿੰਜਰਾ ਇੱਥੇ ਰੱਖਤਾ ਸੀ ਘਰ ਦੇ ਆਨੇ ਇੱਥੇ ਰੱਖਿਆ ਤੇ ਹੁਣ ਮੇਰੇ ਹੱਥ ਦੇ ਉੱਪਰ ਦਾਣਾ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਉਡਾਨ ਦੀ ਕਿਹੜੀ ਟ੍ਰੇਨਿੰਗ ਚੱ ਆਲਾ ਫਿਰ ਕੱਲਾ ਹੀ ਟ੍ਰੇਨਿੰਗ ਪੂਰੀ ਕਰੇਗਾ ਹੈ ਆਹ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੇ ਆ ਦੇਖੋ ਯਾਰ ਮੈਂ ਹਲੇ ਉਡਾਨ ਨੂੰ ਬਈ ਬਿਲਕੁਲ ਵੀ ਦਾਣਾ ਨਹੀਂ ਖਿਲਾਇਆ ਦਾਣਾ ਹਲੇ ਮੇਰੇ ਹੱਥ ਦੇ ਉੱਪਰ ਆ ਮੈਂ ਉਡਾਨ ਨੂੰ ਸਿਰਫ ਦਿਖਾਉਂਗਾ ਉਡਾਨ ਇਹ ਆ ਲੈ ਓਏ ਓਏ ਉਰੇ ਆ ਉਰੇ ਉਰੇ ਥੱਲੇ ਨਹੀਂ ਉਹ ਨਾ ਓਏ ਆ ਜਾ ਯਾਰ ਉਡਾਨ ਨੂੰ ਮੈਂ ਇੱਥੇ ਛੱਡਦਾ ਦੇਖੋ ਉਡਾਨ ਆ ਲੈ ਓਰੇ ਆ ਤੇ ਮੈਨੂੰ ਉਮੀਦ ਆ ਯਾਰ ਜਦੋਂ ਤੁਸੀਂ ਇਹ ਚੀਜ਼ ਦੇਖੀ ਹੋ ਨਾ ਵੀ ਉਡਾਨ ਉੱਡ ਕੇ ਯਾਰ ਖੁਦ ਮੇਰੇ ਕੋਲ ਆਇਆ ਤੇ ਤੁਹਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੋ ਕਿਉਂਕਿ ਬਾਈ ਇਹੀ ਕੁਝ ਦੇਖਣ ਦੇ ਮਾਰੇ ਤਾਂ ਆਪਾਂ ਇੰਨੇ ਦਿਨ ਤੋਂ ਮਿਹਨਤ ਕਰ ਰਹੇ ਆ ਤੇ ਹੁਣ ਯਾਰ ਤੁਸੀਂ ਮੈਨੂੰ ਸਭ ਨੇ ਕਮੈਂਟਾਂ ਦੇ ਵਿੱਚ ਦੱਸਣਾ ਵੀ ਜੋ ਬਾਈਕ ਦੇ ਨਾਲ ਹਨਾ ਕਬੂਤਰ ਨੂੰ ਉਡਾਉਂਦੇ ਹੁੰਦੇ ਆ ਵੀ ਉਹ ਕਿਵੇਂ ਉਡਾਉਂਦੇ ਹੁੰਦੇ ਆ ਫਿਰ ਯਾਰ ਮੈਨੂੰ ਉਹ ਵੀ ਪਤਾ ਲੱਗ ਜਾਊਗਾ ਤੇ ਫਿਰ ਉਹ ਵੀ ਆਪਾਂ ਉਡਾਨ ਨੂੰ ਨਾ ਬਾਈਕ ਦੇ ਨਾਲ ਬਾਈ ਉਡਾਵਾਂਗੇ ਮੈਨੂੰ ਉਮੀਦ ਆ ਵੀ ਮੈਂ ਇਹ ਕੰਮ ਕਰਨ ਵਿੱਚ ਵੀ ਪੂਰਾ ਸਫਲ ਹੋਊਗਾ ਇੱਧਰ ਆ ਇੱਧਰ ਖਾਲਾ ਹੁਣ ਐਮੀ ਡਾਨ ਬਾਈ ਇੱਧਰ ਖਾਊਗਾ ਔਰ ਉਸ ਤੋਂ ਬਾਅਦ ਇੱਧਰ ਖਾਊਗਾ ਇਹਦੇ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਵੀ ਆਪਣੇ ਹੱਥਾਂ ਦੀ ਪਛਾਣ ਹੋ ਜਾਂਦੀ ਆ ਤੇ ਇਹ ਵੀਡੀਓ ਦਾ ਹੁਣ ਆਪਾਂ ਇਥੇ ਐਂਡ ਕਰ ਦਨੇ ਆ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਯਾਰ ਜ਼ਰੂਰ ਸਬਸਕ੍ਰਾਈਬ ਕਰ ਲਿਓ ਓਕੇ ਇੱਧਰਲੇ ਹੱਥ ਦੇ ਵਿੱਚ ਬਾਈ ਮੇਰੇ ਉੜਾਣਾ ਤੇ ਇੱਧਰਲੇ ਹੱਥ ਦੇ ਵਿੱਚ ਬਾਈ ਮੇਰੇ ਦਾਣਾ ਫਿਰ ਯਾਰ ਹੁਣ ਤੁਸੀਂ ਮੇਰੀ ਬਾਈ ਨੂੰ ਨਾ ਐਮੀ ਕਬੂਲ ਕਰਿਓ ਬਾਈ ਯਾਰ ਆ ਆ ਜਾ ਆ ਜਾ ਆ ਜਾ ਵੈਰੀ ਕਾਇਦ